ਸ਼੍ਰੀ ਅਕਾਲ ਜੀ, ਦੇਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਗਾਣਾ ਆਇਆ ਸੀਗਾ ਜੀ ਹੈਂਗ ਕਰਦੀ ਤੋਂ ਬਾਅਦ ਹੁਣ ਮੁੰਡਾ ਲੈ ਕੇ ਆਇਆ ਬਦਾਮੀ ਰੰਗ। ਤੇ ਕਰਦੇ ਆ ਹਰਵੀ ਸਿੰਘ ਨਾਲ ਗੱਲਬਾਤ। ਵੈਲਕਮ ਟੂ ਦੇਸੀ ਚੈਨਲ। ਹੈਲੋ ਜੀ, ਕਿੱਦਾਂ? ਠੀਕ ਹੋ ਜੀ? ਮੈਂ ਤੇ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ, ਫਸਟ ਕਲਾਸ। ਫਸਟ ਆਫ ਆਲ ਕੰਗ੍ਰੈਚੁਲੇਸ਼ਨ ਜੀ ਮਿਊਜ਼ਿਕ ਤੋਂ ਤੁਹਾਡਾ ਗਾਣਾ ਆਇਆ ਜੀ ਬਦਾਮੀ ਰੰਗ। ਕਿੰਨੀ ਮਿਹਨਤ ਹੈ ਇਸ ਗਾਣੇ ਪਿੱਛੇ? ਬਹੁਤ ਮਿਹਨਤ ਹੈ ਜੀ, ਇੱਕ ਸਾਲ ਬਾਅਦ ਫਿਰ ਤੋਂ ਗਾਣਾ ਲੈ ਕੇ ਆਇਆ। ਪਰ ਹੁਣ ਮੈਂ ਚਾਹੁੰਦਾ ਕਿ ਇੱਕ ਨਏ ਸਟਾਈਲ ਨਾਲ ਪਹਿਲਾਂ ਤੁਸੀਂ ਮੇਰੇ ਗਾਣੇ ਵੇਖੇ ਹੋਣਗੇ, ਅਤੇ ਉਹਨਾਂ ਨੂੰ ਵੇਖ ਕੇ ਅਤੇ ਇਹਨੂੰ ਵੇਖ ਕੇ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਚੇਂਜ ਲੱਗੀਆਂ ਹੋਣਗੀਆਂ। ਜੇ ਲੱਗੀਆਂ ਹੋਣਗੀਆਂ ਤਾਂ ਪਲੀਜ਼ ਮੈਨੂੰ ਵੀ ਦੱਸ ਦਿਓ। ਅਤੇ ਇਹਦੇ ਲਈ ਬਹੁਤ ਮਿਹਨਤ ਲੱਗੀ ਹੈ, ਔਰ ਇਹ ਗਾਣਾ ਜਿਹੜਾ ਹੈਗਾ ਜ਼ੀ ਮਿਊਜ਼ਿਕ ਤੋਂ ਰਿਲੀਜ਼ ਹੋਇਆ। ਇਹਦੇ ਜਿਹੜੇ ਪ੍ਰੋਡਿਊਸਰ ਸਾਹਿਬ ਨੇ ਉਹ ਹਰਸ਼ਿਤ ਪੌਲ ਹੈਗੇ ਨੇ, ਜਿਨ੍ਹਾਂ ਦਾ ਇਸ 'ਤੇ ਸਾਰਾ ਇਨਵੈਸਟ ਹੋਇਆ ਗਾਣੇ 'ਤੇ। ਅਤੇ ਗਾਣਾ ਰੋਮੈਂਟਿਕ ਹੈ, ਡਾਂਸਿੰਗ ਹੈ, ਅਤੇ ਮੈਨੂੰ ਜਿੱਧਰ ਤੱਕ ਹੈ ਕਿ ਇਹ ਸਾਰਿਆਂ ਨੂੰ ਪਸੰਦ ਆਊਗਾ, ਕੁਛ ਨਈ ਚੀਜ਼ ਹੈ। ਆਪਾਂ ਵਿਸ਼ ਕਰਦੇ ਹਾਂ ਸਾਰਿਆਂ ਨੂੰ ਗਾਣਾ ਪਸੰਦ ਆਊ। ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖਿਆ, ਉਹ ਜਾ ਕੇ ਜ਼ਰੂਰ ਦੇਖਣ। ਹਰਬੀ ਸਿੰਘ ਯੂਟਿਊਬ 'ਤੇ ਸਰਚ ਕਰੋ ਜੀ, ਗਾਣਾ ਤੁਹਾਨੂੰ ਮਿਲ ਜਾਵੇਗਾ। ਅਤੇ ਹੁਣ ਹਰਬੀ, ਇਹ ਗਾਣੇ ਦੀਆਂ ਦੋ ਲਾਈਨਾਂ ਹੋ ਜਾਏ, ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਕਰਦੇ ਹਾਂ। ਹੋ ਤੇਰੀ ਗੱਲਾਂ ਉੱਤੇ ਲਾਲੀ ਬੱਲੀਏ ਫਰੂਟ ਲੱਗਦੀ, ਸੱਚੀ ਸੋਹ ਲੱਗੇ ਰੱਬ ਦੀ ਤੂੰ ਬੜੀ ਹਿੱਕੀ ਹੁੱਟ ਲੱਗਦੀ, ਉੱਤੋਂ ਨਖਰਾ ਬਰੂਦ ਤੇਰਾ, ਨਖਰਾ ਬਰੂਦ ਤੇਰਾ, ਨਖਰਾ ਬਰੂਦ ਤੇਰਾ, ਸੋਹਣੀਏ ਮਸਾਂ ਬੱਚ ਬੱਚ ਲੰਘੀਏ, ਉਹਨੀ ਤੂੰ ਕਰੀ ਜਾਵੇਂ, ਕਰੀ ਜਾਵੇਂ, ਕਰੀ ਜਾਵੇਂ, ਕਰੀ ਜਾਵੇਂ, ਕਰੀ ਜਾਵੇਂ, ਸਿਰਾ ਨੀ ਤੂੰ ਬੱਲੀਏ, ਕੁੜੀਏ ਬਦਾਮੀ ਰੰਗੀਏ, ਉਹ ਕੁੜੀਏ ਬਦਾਮੀ ਰੰਗੀਏ, ਕੁੜੀਏ ਬਦਾਮੀ ਰੰਗੀਏ। ਅਤੇ ਅਸੀਂ ਗਾਣੇ ਦੀ ਸਾਰੀ ਅਸੀਂ ਜਾਣਕਾਰੀ ਲੈਣਾ ਚਾਹਾਂਗੇ ਜਦੋਂ ਗਾਣਾ ਸਟਾਰਟਅਪ ਹੋਇਆ, ਕਿਉਂਕਿ ਇਹ ਟਾਈਟਲ ਤੁਸੀਂ ਬਦਾਮੀ ਰੰਗ ਰੱਖਿਆ, ਕੀ ਸਾਰਾ ਕੰਸੈਪਟ ਆਇਆ ਸੀ ਦਿਮਾਗ 'ਚ ਕਿ ਹਾਂ ਮੈਂ ਰੰਗ ਟਾਈਟਲ ਰੱਖਣਾ? ਐਕਚੁਲੀ ਕਿ ਸਾਡੇ ਰਾਈਟਰ ਸਾਹਿਬ ਨੇ ਜੀਤ ਅਮਨ, ਅਤੇ ਮੈਂ ਇੱਕ ਦਿਨ ਚੰਡੀਗੜ੍ਹ ਹੀ ਆਇਆ ਹੋਇਆ ਸੀਗਾ, ਮੇਰੇ ਜਿਹੜੇ ਗਾਣੇ ਦੇ ਮਿਊਜ਼ਿਕ ਡਾਇਰੈਕਟਰ ਨੇ ਜੇਮਿਤ ਭਾਅ ਜੀ, ਸੋ ਮੈਂ ਇੱਦਾਂ ਹੀ ਮਤਲਬ ਗੱਲ ਕਰਦੇ ਕਰਦੇ, ਅਤੇ ਮੈਂ ਜੇਮਿਤ ਭਾਅ ਨੂੰ ਕਿਹਾ ਯਾਰ ਕੋਈ ਗਾਣਾ ਤਾਂ ਸੁਣਾਓ, ਕੋਈ ਨਿਆ ਕੁਛ ਕੀਤਾ। ਤਾਂ ਕਹਿੰਦੇ ਹਾਂ ਮੇਰੇ ਕੋਲ ਨਾ ਯਾਰ ਤੁਹਾਡੇ ਸਟਾਈਲ ਦਾ ਗਾਣਾ ਪਿਆ। ਮੈਂ ਕਿਹਾ ਹਾਂਜੀ ਸੁਣਾਓ। ਅਤੇ ਉਹਨਾਂ ਨੇ ਮਤਲਬ ਫਸਟ ਟਾਈਮ 'ਚ ਮੈਨੂੰ ਗਾਣਾ ਸੁਣਾਇਆ। ਉਹਨਾਂ ਨੇ ਮੇਰਾ ਪਹਿਲਾਂ ਵੀ ਗਾਣਾ ਕੀਤਾ ਹੋਇਆ ਸੌਂ ਲੱਗੇ, ਤਦ ਉਹ ਗਾਣਾ ਉਹਨਾਂ ਨੂੰ ਪਸੰਦ ਨਹੀਂ ਸੀਗਾ, ਬਟ ਜਦ ਉਹਨਾਂ ਨੇ ਕੀਤਾ ਕਹਿੰਦੇ ਯਾਰ ਮੈਨੂੰ ਗਾਣਾ ਬਹੁਤ ਅੱਛਾ ਲੱਗਿਆ। ਅਤੇ ਜਦ ਇਹ ਵਾਲਾ ਗਾਣਾ ਉਹਨਾਂ ਨੇ ਸੁਣਾਇਆ ਅਤੇ ਮੈਂ ਫਸਟ ਟਾਈਮ 'ਚ ਇਹ ਗਾਣਾ ਮੈਨੂੰ ਇੰਨਾ ਪਸੰਦ ਲੱਗਿਆ, ਜਿਹੜੇ ਰਾਈਟਰ ਸਾਹਿਬ ਕਹਿੰਦੇ ਕਿ ਭਾਅ ਜੀ ਤੁਸੀਂ ਇਹ ਗਾ ਲਓਗੇ, ਕਿਉਂਕਿ ਇਹ ਗਾਣਾ ਆਲਮੋਸਟ ਕਿਸੇ ਨੇ ਗਾਇਆ ਸੀ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਸੋਰੀ, ਉਹ ਵੀ ਵੱਡੇ ਭਰਾ ਨੇ ਬਟ। ਅਤੇ ਇਹ ਗਾਣਾ ਮੈਂ ਉਹਨਾਂ ਨੂੰ ਸੁਣਾਇਆ, ਕਹਿੰਦੇ ਭਾਅ ਜੀ ਤੁਸੀਂ ਕਰ ਲਓ। ਮਤਲਬ ਹੁੰਦਾ ਕਿ ਰਾਈਟਰ ਨੂੰ ਵੀ ਹੁੰਦਾ ਕਿ ਮੇਰੇ ਗਾਣੇ ਨਾਲ ਇਮਾਨਦਾਰੀ ਨਾਲ ਸਾਰੀ ਚੀਜ਼ਾਂ ਹੋਣ, ਚੰਗੇ ਤਰੀਕੇ ਨਾਲ ਗਾਇਆ ਜਾਏ, ਔਰ ਉਹਦੇ ਨਾਲ ਚੰਗੀ ਮਤਲਬ ਕਹਿੰਦੇ ਨਾ ਕਿ ਹਾਂ ਜਸਟਿਸ ਹੋ ਜਾਏ। ਅਤੇ ਉਹਦੇ ਨਾਲ ਉਹਨੂੰ ਲੱਗਿਆ ਕਿ ਹਾਂ ਤੁਸੀਂ ਭਾਅ ਜੀ ਬਹੁਤ ਅੱਛਾ ਗਾਇਆ, ਸੋ ਗਾਓ ਭਾਅ ਜੀ, ਤੁਸੀਂ ਕਰੋ ਇਹਨੂੰ ਵੀਡੀਓ ਕਰੋ ਇਹਦਾ, ਬਸ ਇੱਦਾਂ ਹੀ ਮੈਂ ਕੀਤਾ। ਚਲੋ ਪਰਮਾਤਮਾ ਤਰੱਕੀਆਂ ਲਾਵੇ ਜੀ, ਕਿਉਂਕਿ ਗਾਣਾ ਬਹੁਤ ਅੱਛੇ ਲੇਬਲ ਤੋਂ ਆਇਆ। ਜਦੋਂ ਲੇਬਲ ਹੁੰਦਾ ਨਾ, ਉਹ ਬ੍ਰਾਂਡ ਵੈਲਿਊ ਬੰਦੇ ਦੀ ਬਣਾ ਦਿੰਦਾ। ਹੁਣ ਫਰਦਰ ਅੱਗੇ ਹਰਬੀ ਕੀ ਲੈ ਕੇ ਆ ਰਿਹਾ? ਜਲਦੀ ਇੱਕ ਹੋਰ ਗਾਣਾ ਆਏਗਾ। ਕਿਵੇਂ ਦਾ? ਉਹ ਵੀ ਅਰਬਨ ਹੋਏਗਾ। ਮੈਂ ਤੁਹਾਨੂੰ ਗਾਣੇ ਦਾ ਨਾਮ ਦੱਸ ਸਕਦਾ ਪਰ ਮੈਂ ਗਾਣਾ ਨਹੀਂ ਸ਼ੇਅਰ ਕਰ ਸਕਦਾ। ਗਾਣੇ ਦਾ ਨਾਮ ਹੈ ਫਲੇਮ। ਹਾਂਜੀ, ਔਰ ਫਲੇਮ ਤੁਹਾਨੂੰ ਪਤਾ ਕਿਹਨੂੰ ਕਹਿੰਦੇ ਆ? ਹਾਂਜੀ ਹਾਂਜੀ, ਇਹ ਤਾਂ ਹੈ ਹੀ ਆ। ਚਲੋ ਜੀ, ਇਹ ਸੀਗੇ ਜੀ ਸਾਡੇ ਨਾਲ ਹਰਬੀ ਜੀ, ਜਿਨ੍ਹਾਂ ਦਾ ਗਾਣਾ ਆਇਆ ਜੀ ਬਦਾਮੀ ਰੰਗ। ਤੁਸੀਂ ਸਾਰਿਆਂ ਨੇ ਜੇ ਹੱਦ ਤੱਕ ਨਹੀਂ ਦੇਖਿਆ ਤਾਂ ਤੁਸੀਂ ਸਾਰਿਆਂ ਨੇ ਜਾ ਕੇ ਜ਼ਰੂਰ ਦੇਖਣਾ ਹੈ, ਅਤੇ ਪਿਆਰ ਦੇਣਾ ਨਵੇਂ ਕਲਾਕਾਰ ਨੂੰ, ਪ੍ਰਮੋਟ ਕਰੋ ਜੀ ਆਪਣਾ ਪਿਆਰ ਦਿਉ। ਅਤੇ ਮੈਂ ਤੁਹਾਡੀ ਦੋਸਤ ਗਾਇਨ ਮਹਾਜਨ ਅਤੇ ਕੈਮਰਾਮੈਨ ਪਵਨ ਮੌਰੀਆ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ। ਦੇਸੀ ਚੈਨਲ ਦੇਖਦੇ ਰਹੋ।